ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਗੁਰਦੁਆਰਾ ਤਰਨ ਤਾਰਨ ਸਾਹਿਬ ਜੀ ਦੀ। ਗੁਰਦੁਆਰਾ ਤਰਨ ਤਾਰਨ ਸਾਹਿਬ ਦੀ ਉਸਾਰੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਰਵਾਈ। ਜਦੋਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਾਝੇ ਦੀ ਫੇਰੀ 'ਤੇ ਨਿਕਲੇ ਸਨ ਅਤੇ ਜਦੋਂ ਆਪ ਜੀ ਨੇ ਇਸ ਜਗ੍ਹਾ 'ਤੇ ਆ ਕੇ ਚਰਨ ਪਾਏ ਸਨ, ਇੱਥੇ ਇਸ ਜਗ੍ਹਾ ਨੂੰ ਜਦੋਂ ਵੇਖਿਆ ਕਿ ਬਹੁਤ ਸਾਰੇ ਤੂਤਾਂ ਦੇ, ਅੰਬਾਂ ਦੇ, ਬੇਰੀਆਂ ਦੇ, ਜਾਮਣ ਆੜੂਆਂ ਦੇ ਬਹੁਤ ਸਾਰੇ ਦਰਖਤ ਹਨ ਅਤੇ ਬਹੁਤ ਹੀ ਸੋਹਣਾ ਇੱਕ ਤਲਾਬ ਵੀ ਹੈ, ਅਤੇ ਉਸੇ ਵੇਲੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਇੱਕ ਧਰਮਸ਼ਾਲਾ ਅਤੇ ਸਰੋਵਰ ਬਣਾਉਣ ਦਾ ਜਿਹੜਾ ਉਹ ਮਨ ਬਣਾਇਆ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤਰਨ ਤਾਰਨ ਸਾਹਿਬ ਸਰੋਵਰ ਦੀ ਨੀਂਹ 15 ਅਪ੍ਰੈਲ 1590 ਨੂੰ ਆਪਣੇ ਪਾਵਨ ਹੱਥਾਂ ਨਾਲ ਰੱਖੀ ਅਤੇ ਅਰਦਾਸਾ ਬਾਬਾ ਬੁੱਢਾ ਸਾਹਿਬ ਜੀ ਨੇ ਸੋਧਿਆ। ਪਹਿਲਾਂ ਜਿਹੜਾ ਇਹ ਸਰੋਵਰ ਬਿਲਕੁਲ ਕੱਚਾ ਸੀ, ਇੱਕ ਪਾਸੇ ਜਿਹੜਾ ਕੋਠਾ ਦੀਵਾਨ ਲਾਉਣ ਦੇ ਲਈ ਉਸਾਰਿਆ ਗਿਆ ਔਰ ਪਿੱਛੋਂ ਫਿਰ ਸਰੋਵਰ ਨੂੰ ਪੱਕਾ ਕਰਨ ਲਈ ਅਤੇ ਦਰਬਾਰ ਸਾਹਿਬ ਬਣਾਉਣ ਲਈ ਉਚੇਚੇ ਤੌਰ ਉੱਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪੱਕੀਆਂ ਇੱਟਾਂ ਤਿਆਰ ਕਰਨ ਦੇ ਲਈ ਇੱਕ ਆਵਾ ਵੀ ਲਗਵਾਇਆ, ਕਿਉਂਕਿ ਸਤਿਗੁਰੂ ਜੀ ਦਾ ਇਹ ਵਿਚਾਰ ਸੀ ਕਿ ਸਰੋਵਰ ਬਹੁਤ ਵੱਡਾ ਅਤੇ ਪੱਕਾ ਜਿਹੜਾ ਉਹ ਬਣਾਇਆ ਜਾਏ ਤਾਂ ਕਿ ਹਜ਼ਾਰਾਂ ਆਦਮੀ ਇੱਕੋ ਵੇਲੇ ਇਸ਼ਨਾਨ ਕਰ ਸਕਣ। ਜਦੋਂ ਡੇਢ ਬਾਹੀ ਸਰੋਵਰ ਦੀ ਪੱਕੀ ਹੋ ਗਈ ਅਤੇ ਇਲਾਕੇ ਦਾ ਇੱਕ ਚੌਧਰੀ ਅਮਾਨਤ ਖਾਨ, ਜੋ ਆਪਣੇ ਪਿਓ ਦੇ ਨਾਮ ਦੇ ਉੱਤੇ ਇੱਕ ਸਰਾਂ ਬਣਵਾ ਰਿਹਾ ਸੀ, ਉਹਦੇ ਲਈ ਜਿਹੜੀਆਂ ਇੱਟਾਂ ਸਨ ਇਸ ਆਵੇ ਦੀਆਂ, ਜੋ ਗੁਰਦੁਆਰਾ ਤਰਨ ਤਾਰਨ ਸਾਹਿਬ ਵਾਸਤੇ ਬਣਾਈਆਂ ਜਾ ਰਹੀਆਂ ਸਨ, ਉਹ ਜਬਰੀ ਚੁਕਵਾ ਕੇ ਲੈ ਗਿਆ। ਅਤੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪਤਾ ਲੱਗਾ ਅਤੇ ਉਹਨਾਂ ਨੇ ਬਚਨ ਕੀਤੇ ਸਨ ਕਿ ਅਮਾਨਤ ਖਾਨ ਬੇਸ਼ੱਕ ਇੱਥੋਂ ਦੀਆਂ ਇੱਟਾਂ ਚੁਕਵਾ ਕੇ ਲੈ ਗਿਆ ਪਰ ਜਿਸ ਥਾਂ ਦੀ ਵਸਤ ਹੈ ਇਹ ਇੱਕ ਦਿਨ ਉੱਥੇ ਹੀ ਲੱਗੇਗੀ। ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਫਿਰ ਉਹ ਬਚਨ ਪੂਰਾ ਹੋਇਆ। ਸੰਨ 1766 ਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਕਈ ਸੌ ਸਾਲ ਬਾਅਦ ਵਿੱਚ ਭਾਈ ਖੁਸ਼ਹਾਲ ਸਿੰਘ ਫੈਜ਼ਲਪੁਰੀਏ ਦੇ ਪੁੱਤਰ ਸਰਦਾਰ ਬੁੱਧ ਸਿੰਘ ਅਤੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਉਹ ਵਾਕ ਪੂਰੇ ਕੀਤੇ। ਨੂਰਦੀਨ ਸਰਾਂ ਦੀਆਂ ਨੀਹਾਂ ਦੀਆਂ ਇੱਟਾਂ ਵੀ ਪੁੱਟ ਕੇ ਉਹਨਾਂ ਨੇ ਗੁਰਦੁਆਰਾ ਤਰਨ ਤਾਰਨ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਲਿਆ ਕੇ ਲਗਵਾਈਆਂ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਬਾਕੀ ਜਿਹੜੀ ਪਰਿਕਰਮਾ ਦੀ ਸੇਵਾ ਸੀ ਉਹ ਪੂਰੀ ਕਰਾਈ ਅਤੇ ਕੰਵਰ ਨੌ ਨਿਹਾਲ ਸਿੰਘ ਨੇ ਇੱਥੇ ਇੱਕ ਜਿਹੜਾ ਉਹ ਮੁਨਾਰਾ ਵੀ ਬਣਵਾਇਆ। ਤਰਨ ਤਾਰਨ ਸਾਹਿਬ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੇ ਇੱਕ ਹੋਰ ਵੀ ਬੜਾ ਮਹਾਨ ਕਾਰਜ ਕੀਤਾ। ਉਹ ਮਹਾਨ ਕਾਰਜ ਸੀ ਕਿ ਪਹਿਲਾ ਜਿਹੜਾ ਕੋੜੀ ਘਰ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹ ਇੱਥੇ ਬਣਵਾਇਆ। ਇੱਕ ਸਾਨੂੰ ਜ਼ਿਕਰ ਮਿਲਦਾ ਹੈ ਗੁਰੂ ਅਰਜਨ ਦੇਵ ਸਾਹਿਬ ਦੇ ਜੀਵਨ ਵਿੱਚੋਂ ਕਿ ਇੱਕ ਦਿਨ ਪਾਤਸ਼ਾਹ ਜੀ ਤਰਨ ਤਾਰਨ ਸਾਹਿਬ ਵਿਖੇ ਜਦੋਂ ਸੇਵਾ ਚੱਲ ਰਹੀ ਸੀ ਅਤੇ ਸਵੇਰੇ ਸੈਰ ਦੇ ਲਈ ਨਿਕਲੇ ਸਨ ਅਤੇ ਰਸਤੇ 'ਚ ਕੀ ਵੇਖਿਆ ਵੀ ਇੱਕ ਬੰਦੇ ਨੂੰ 4-5 ਜਣੇ ਚੁੱਕ ਕੇ ਜਬਰੀ ਜਿਹੜਾ ਉਹ ਲੈ ਕੇ ਜਾ ਰਹੇ ਨੇ ਅਤੇ ਗੁਰੂ ਸਾਹਿਬ ਨੇ ਰੋਕ ਕੇ ਪੁੱਛਿਆ ਵੀ ਇਹ ਕੌਣ ਨੇ ਅਤੇ ਕਿੱਥੇ ਲੈ ਕੇ ਜਾ ਰਹੇ ਹੋ? ਅਤੇ ਉਹਨਾਂ ਨੇ ਜਵਾਬ ਦਿੱਤਾ ਵੀ ਇਹ ਸਾਡੇ ਪਿਤਾ ਨੇ, ਇਹ ਮੁਰਾਦਪੁਰ ਦੇ ਚੌਧਰੀ ਨੇ ਅਤੇ ਕਈ ਸਾਲਾਂ ਤੋਂ ਇਹਨਾਂ ਨੂੰ ਕੋੜ ਦੀ ਨਾਮੁਰਾਦ ਜਿਹੜੀ ਬਿਮਾਰੀ ਹੈ ਉਹ ਲੱਗੀ ਹੋਈ ਹੈ। ਕਈ ਥਾਵਾਂ ਤੋਂ ਇਹਨਾਂ ਦਾ ਇਲਾਜ ਕਰਵਾਇਆ, ਕਈ ਹਕੀਮਾਂ ਕੋਲ, ਵੈਦਾਂ ਕੋਲ ਇਹਨਾਂ ਨੂੰ ਲੈ ਕੇ ਗਏ ਹਾਂ ਪਰ ਕਿਤੋਂ ਵੀ ਜਿਹੜਾ ਆਰਾਮ ਨਹੀਂ ਹੋਇਆ। ਇਸ ਕਰਕੇ ਸਾਡੇ ਪਿਤਾ ਦੀ ਇੱਛਾ ਸੀ ਵੀ ਆਰਾਮ ਤਾਂ ਮਿਲ ਨਹੀਂ ਰਿਹਾ, ਕੋੜ ਕਰਕੇ ਪੂਰਾ ਸਰੀਰ ਜਿਹੜਾ ਉਹ ਰੋਗ ਗ੍ਰਸਤ ਹੋ ਗਿਆ, ਇਸ ਕਰਕੇ ਮੈਨੂੰ ਬਿਆਸਾ ਦੇ ਵਿੱਚ ਜਾ ਕੇ ਪ੍ਰਵਾਹ ਆਓ। ਅਤੇ ਗੁਰੂ ਅਰਜਨ ਦੇਵ ਸਾਹਿਬ ਨੇ ਉਹਨਾਂ ਨੂੰ ਤਰਨ ਤਾਰਨ ਸਾਹਿਬ ਵਿਖੇ ਲਿਆਉਣ ਦਾ ਹੁਕਮ ਕੀਤਾ। ਤਰਨ ਤਾਰਨ ਸਾਹਿਬ ਦੇ ਸਰੋਵਰ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਆਪ ਉਸ ਮਨੁੱਖ ਨੂੰ ਜਿਹਨੂੰ ਬਹੁਤ ਜ਼ਿਆਦਾ ਕੋੜ ਦਾ ਰੋਗ ਲੱਗਾ ਹੋਇਆ ਸੀ ਉਹਨੂੰ ਇਸ਼ਨਾਨ ਕਰਵਾਇਆ ਅਤੇ ਆਪ ਗੁਰੂ ਅਰਜਨ ਦੇਵ ਸਾਹਿਬ ਨੇ ਉਹਨਾਂ ਦਾ ਹੱਥੀਂ ਜਿਹੜਾ ਇਲਾਜ ਉਸ ਕੋੜੀ ਦਾ ਕੀਤਾ ਅਤੇ ਕੁਝ ਸਮੇਂ ਬਾਅਦ ਉਸ ਮਨੁੱਖ ਦਾ, ਉਸ ਮੁਰਾਦਪੁਰ ਦੇ ਚੌਧਰੀ ਦਾ ਜਿਹੜਾ ਜਿਹਨੂੰ ਕਦੇ ਬਿਆਸਾ ਦਰਿਆ ਵਿੱਚ ਲੜਕੇ ਪ੍ਰਵਾਨ ਵਾਸਤੇ ਲਿਜਾ ਰਹੇ ਸੀ ਉਹਨਾਂ ਦਾ ਜਿਹੜਾ ਕੋੜ ਦਾ ਰੋਗ ਠੀਕ ਹੋ ਗਿਆ। ਫਿਰ ਪਿੱਛੋਂ ਕੋੜੀਆਂ ਲਈ ਵੱਖਰੀ ਬਸਤੀ ਵੀ ਜਿਹੜੀ ਇੱਥੇ ਬਣਵਾਈ ਗਈ ਅਤੇ ਤਰਨ ਤਾਰਨ ਦੀ ਉਸਾਰੀ ਅਤੇ ਪੂਰਨਤਾ 'ਤੇ ਲਗਭਗ 5 ਸਾਲ ਦਾ ਸਮਾਂ ਲੱਗਾ। ਇਹਨਾਂ 5 ਸਾਲਾਂ ਵਿੱਚ ਤਰਨ ਤਾਰਨ ਸਿੱਖੀ ਦਾ ਬੜਾ ਵੱਡਾ ਜਿਹੜਾ ਕੇਂਦਰ ਬਣ ਗਿਆ। ਸੋ ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਰਨ ਤਾਰਨ ਸਾਹਿਬ ਨਗਰ ਦੀ ਉਸਾਰੀ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।